ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਸ਼ੱਕੀ ਹਾਲਾਤਾਂ ਵਿੱਚ ਮਹਿਲਾ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਹਾਲਾਂਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚਲਦੇ ਪੁਲਿਸ ਨੇ ਸਿਹਤ ਵਿਭਾਗ ਦੀ ਟੀਮ ਬੁਲਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਇੱਕ ਕਿਰਾਏ ਦੇ ਮਕਾਨ ਤੇ ਇਕੱਲੀ ਹੀ ਰਹਿੰਦੀ ਸੀ, ਜਿਸ ਦਾ ਕਿ ਪਤੀ ਹੈਦਰਾਬਾਦ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਹੈ। ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਉਦੋਂ ਪਤਾ ਚੱਲਿਆ ਜਦੋਂ ਮਹਿਲਾ ਦੇ ਘਰ ਕੰਮ ਕਰਨ ਵਾਲੀ ਪੈਸੇ ਲੈਣ ਪਹੁੰਚੀ। ਮਹਿਲਾ ਦਾ ਚਿਹਰਾ ਪੋਲੀਥੀਨ ਵਿੱਚ ਲਪੇਟਿਆ ਹੋਇਆ ਸੀ। ਹਾਲਾਂਕਿ ਪੋਸਟਮਾਰਟਮ ਦੇ ਬਾਅਦ ਹੀ ਪਤਾ ਚੱਲੇਗਾ ਕਿ ਮੌਤ ਦਾ ਕਾਰਨ ਕੀ ਰਿਹਾ ਹੈ। ਪੁਲਿਸ ਨੇ ਕੋਰੋਨਾ ਦੇ ਚਲਦੇ ਪਹਿਲੇ ਸਿਵਲ ਹਸਪਤਾਲ ਦੀ ਟੀਮ ਨੂੰ ਬੁਲਾਇਆ ਅਤੇ ਜਾਂਚ ਸ਼ੁਰੂ ਕੀਤੀ। ਸਿਹਤ ਵਿਭਾਗ ਦੇ ਕਰਮੀ ਨੇ ਦੱਸਿਆ ਕਿ ਲਾਸ਼ ਨੀਲੀ ਪੈ ਚੁੱਕੀ ਹੈ। ਸ਼ੁਰੂਆਤੀ ਜਾਂਚ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਘੱਟ ਹੀ ਨਜ਼ਰ ਆ ਰਹੇ ਹਨ। ਹਾਲਾਂਕਿ ਕਾਰਨਾਂ ਦਾ ਪਤਾ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਇਹ ਭਾਈ ਰਣਧੀਰ ਸਿੰਘ ਨਗਰ ਜੀ ਆਈ ਬਲੌਕ। ਪਹਿਲੇ ਦ੍ਰਿਸ਼ਟੀਕੋਣ ਕੀ ਲੱਗ ਰਿਹਾ ਸਰ? ਦੇਖੋ ਜੀ, ਦੇਖਣ ਤੋਂ ਤਾਂ ਹਾਲੇ ਕੋਈ ਮਲੇਸ਼ੀਅਸ ਐਕਟੀਵਿਟੀ ਲੱਗ ਰਹੀ ਹੈ। ਇਹਦੇ ਵਿੱਚ ਮਤਲਬ ਕੁਛ ਸ਼ਰਾਰਤੀ ਅਨਸਰ ਵਧਾ ਕਿਸੇ ਕੰਮ ਲੱਗ ਰਹੇ ਆ। ਇਹਨੂੰ ਕਲੀਅਰ ਕੱਟ ਰਿਹਾ ਤਾਂ ਆਪਾਂ ਸੁਸਾਈਡ ਨਹੀਂ ਕਹਿ ਸਕਦੇ, ਤਾਂ ਹੋ ਸਕਦਾ ਸੁਪੋਜ਼ਿਟਲੀ ਮਰਡਰ ਹੋਵੇ ਕੇਸ 'ਚ। ਅਤੇ ਕਰੋਨਾ ਦੀ ਗੱਲ ਕਰੀਏ ਤਾਂ ਉਹਦਾ ਹਾਲੇ ਕਲੀਅਰ ਨਹੀਂ ਹੈਗਾ, ਬਟ ਕਾਫੀ ਹੱਦ ਤੱਕ ਇਹ ਕਰੋਨਾ ਦਾ ਤਾਂ ਕੇਸ ਨਹੀਂ ਲੱਗ ਰਿਹਾ, ਬਟ ਕੋਈ ਚਾਂਸਿਸ ਜੇ ਹੈਗੇ ਵੀ ਤਾਂ ਸਿਵਲ ਹੋਸਪਿਟਲ ਚੈੱਕ ਕਰ ਲਿਆ ਜਾਊਗਾ। ਠੀਕ ਹੈ ਜੀ। ਦੇਖੋ ਜੀ, ਹੁਣ ਪੁਲਿਸ ਆਪਣਾ ਕੰਮ ਕਰ ਰਹੀ ਹੈ, ਉਹਨਾਂ ਨੂੰ ਜ਼ਿਆਦਾ ਕਲੈਰਿਟੀ ਜਦੋਂ ਹੌਲੀ ਕੇਸ 'ਤੇ ਹੌਲੀ ਹੌਲੀ ਕਲੈਰਿਟੀ ਪਊਗੀ। ਹਾਲੇ ਤਾਂ ਇਸ ਚੀਜ਼ ਦੇ ਬਾਰੇ ਆਪਾਂ ਸਟੇਟਮੈਂਟ ਦੇ ਨਹੀਂ ਸਕਦੇ ਕਿ ਪ੍ਰੋਪਰ ਐਗਜੈਕਟਲੀ ਹੋਇਆ ਕੀ ਹੈ। ਠੀਕ ਹੈ। ਉਹ ਟੈਸਟ ਸਿਵਲ ਹੋਸਪਿਟਲ ਹੋਣਗੇ ਕੁਛ, ਉਸ ਤੋਂ ਬਾਅਦ ਹੀ ਪਤਾ ਚੱਲੂਗਾ ਕਿ ਰੀਜ਼ਨ ਕੀ ਹੋਇਆ ਇਹਦਾ। ਠੀਕ ਹੈ। ਇਹ ਜਿਹੜਾ ਵਾਕਿਆ ਹੈ ਕਿਹੜੀ ਜਗ੍ਹਾ ਆ? ਇਹ ਬੀਆਰਐਸ ਨਗਰ ਆਈ ਬਲੌਕ 675 ਨੰਬਰ ਦੇ ਵਿੱਚ। ਇਹ ਲੇਡੀ ਕਿਰਾਏ 'ਤੇ ਰਹਿੰਦੀ ਸੀ ਅਕਤੂਬਰ ਤੋਂ। ਅੱਛਾ ਜੀ। ਅਤੇ ਉੱਪਰਲੇ ਫਲੋਰ 'ਤੇ, ਥੱਲੇ ਫਲੋਰ 'ਤੇ ਮਾਲਕ ਰਹਿੰਦੇ ਨੇ ਆਪ, ਸੈਕਿੰਡ ਉੱਪਰਲੇ ਫਲੋਰ 'ਤੇ ਰਹਿੰਦੀ ਹੈ, ਫਸਟ ਫਲੋਰ 'ਤੇ ਇਹ। ਨਾਮ ਕੀ ਸੀ? ਇਹਦਾ ਨਾਮ ਗੀਤਾ ਸੀਗਾ ਜੀ। ਅਤੇ ਇਹ ਪਤਾ ਨਹੀਂ, ਮਤਲਬ ਇਹਨਾਂ ਦੀ ਇੱਥੇ ਸ਼ੋਪ ਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ, ਬਿਲਕੁਲ ਅਚਾਰ ਦੀ, ਆਯੁਰਵੈਦਿਕ ਦਵਾਈਆਂ ਦੀ। ਇਹਨਾਂ ਦੇ ਹਸਬੈਂਡ ਜ਼ਿਆਦਾ ਤੌਰ 'ਤੇ ਮਤਲਬ ਹੈਦਰਾਬਾਦ ਰਹਿੰਦੇ ਸੀ, ਅਸੀਂ ਕਦੇ ਨਿਕਲਦੀ ਘਰ ਦੀ ਵੀ ਨਹੀਂ ਦੇਖੀ ਕਿਸੇ ਨੇ ਵੀ ਇਹ। ਏਜ਼ ਕਿੰਨੀ ਹੋਊਗੀ? ਏਜ ਇਹਨਾਂ ਦੀ 43, ਇਹਨਾਂ ਦੇ ਬ੍ਰਦਰ ਆਏ ਸੀਗੇ, ਉਹ ਦੱਸਦੇ ਸੀਗੇ, ਇਹਨਾਂ ਦੇ ਹਸਬੈਂਡ ਤਾਂ ਆਏ ਨਹੀਂ ਹੈਗੇ। ਅਤੇ ਥੋੜ੍ਹਾ ਜਿਹਾ ਮੇਰੇ ਹਿਸਾਬ ਨਾਲ ਇਹ ਨਾ ਜਿਵੇਂ ਆਲੇ ਦੁਆਲੇ ਦੱਸਦੇ ਨੇ ਬਈ ਥੋੜ੍ਹਾ ਜਿਹਾ ਜਿਵੇਂ ਆਹ ਹੁਣ ਲੋਕਡਾਊਨ ਕਰਕੇ ਬਈ ਥੋੜ੍ਹੀ ਡਿਪਰੈਸ਼ਨ ਦੇ ਵਿੱਚ ਸੀਗੀ ਇਹ, ਨਾ ਕਿਸੇ ਬਾਹਰ ਨਿਕਲਦੀ ਸੀ ਨਾ ਕੁਛ ਹੋਰ। ਤੁਹਾਨੂੰ ਕਿਵੇਂ ਪਤਾ ਲੱਗਾ ਇਹਨਾਂ ਨੂੰ ਕੀ ਡੈਥ ਹੋ ਚੁੱਕੀ ਹੈ? ਮੈਨੂੰ ਨਾਲ ਦੇ ਜਿਹੜੇ ਸਾਡੇ ਗਵਾਂਢੀ ਨੇ, ਮੈਂ 676 ਦੇ ਵਿੱਚ ਰਹਿੰਦਾ ਜੀ, ਅਤੇ ਉਹਨਾਂ ਨੇ ਆ ਕੇ ਸਵੇਰੇ ਸਾਰੇ ਬੈੱਲ ਮਾਰੀ 7 ਵਜੇ, ਕਹਿੰਦੇ ਆਈ ਕਰਾਂ ਬਈ ਆਹ ਗੱਲਬਾਤ ਹੋ ਗਈ। ਉਹਨਾਂ ਦੀ ਕੰਮ ਵਾਲੀ ਆਈ ਸੀਗੀ ਸਵੇਰੇ, ਸਾਰੇ ਪੈਸੇ ਲੈਣ ਆਏ ਸੀਗੇ ਕਿਉਂਕਿ ਸਾਰਿਆਂ ਨੇ ਕਿਹਾ ਹੋਇਆ ਸਰਕਾਰ ਨੇ ਕੰਮ ਕਰੋ ਚਾਹੇ ਨਾ ਪੈਸੇ ਦੇਣੇ ਆ। ਅਤੇ ਉਹ ਪੈਸੇ ਲੈਣ ਜਦੋਂ ਆਏ ਅਤੇ ਉਹਨਾਂ ਨੇ ਦੇਖਿਆ ਉੱਪਰ ਜਾ ਕੇ ਅਤੇ ਉਹਦੀ ਬਾਂਹ ਲਮਕਦੀ ਸੀਗੀ ਅਤੇ ਬਾਡੀ ਫੁੱਲੀ ਹੋਈ ਸੀਗੀ। ਉਹ ਚੀਕਾਂ ਮਾਰਦੇ ਥੱਲੇ ਇਹਨਾਂ ਨੇ ਦੇਖਿਆ, ਇਹਨਾਂ ਨੇ ਮੈਨੂੰ ਬੁਲਾ ਲਿਆ ਅਤੇ ਮੈਂ ਗਿਆ। ਫਿਰ ਸਾਡੇ ਕੌਂਸਲਰ ਸਾਹਿਬ ਨੇ ਹਰੀ ਸਿੰਘ ਬਰਾੜ ਸੀ, ਉਹਨਾਂ ਨੂੰ ਫੋਨ ਕੀਤਾ, 100 ਨੰਬਰ 'ਤੇ ਫੋਨ ਕੀਤਾ, 108 'ਤੇ ਫੋਨ ਕੀਤਾ, ਪਰ 108 ਵਾਲੇ ਕਹਿੰਦੇ ਵੀ ਅਸੀਂ ਬਾਡੀ ਨਹੀਂ ਲਿਜਾ ਸਕਦੇ ਹੈਗੇ, ਵੀ ਅਸੀਂ ਤਾਂ ਪੇਸ਼ੈਂਟ ਲਿਜਾ ਸਕਦੇ ਹਾਂ। ਤੁਸੀਂ ਬਾਡੀ ਦੇਖੀ ਹੈ ਅੰਦਰ? ਨਹੀਂ, ਮੈਂ ਗਿਆ ਨਹੀਂ ਕਿਉਂਕਿ ਉਹਦੀ ਸਮੈਲ ਬਹੁਤ ਆ ਰਹੀ ਸੀਗੀ, ਜਿਹੜੇ ਉਹਨਾਂ ਦੇ ਬ੍ਰਦਰ ਸੀ ਉਹਨਾਂ ਨੇ ਦੇਖੀ ਹੈ ਜੀ। ਅੱਛਾ, ਕਦੇ ਕੋਈ ਲੜਾਈ ਝਗੜਾ ਕਦੇ ਇਸ ਮੁਹੱਲੇ 'ਚ ਕਦੇ ਹੋਇਆ? ਨਾ ਨਾ, ਕਦੇ ਸੁਣੇ ਨਹੀਂ ਕੁਛ ਵੀ ਨਹੀਂ, ਨਾ ਕਦੇ ਕੋਈ ਬੰਦਾ ਇਹ ਦੇਖੇ ਇੱਥੇ। ਅਸੀਂ ਨੇਚਰ ਵਾਈਜ਼ ਕਿਵੇਂ ਦੇ ਸੀਗੇ? ਅਸੀਂ ਮਿਲੇ ਵੀ ਕਦੇ ਹੈ ਨਹੀਂ, ਦੇਖੀ ਵੀ ਹੈ ਨਹੀਂ ਅਸੀਂ ਕਦੇ। ਲੱਗਦਾ ਹੈ ਤੁਹਾਨੂੰ ਕਿਵੇਂ ਲੱਗਦਾ ਵੀ ਇਹ? ਜਿਵੇਂ ਪੁਲਿਸ ਵਾਲੇ ਵੀਰ ਦੱਸਦੇ ਨੇ ਜਾਂ ਹੋਰ ਵੀ ਲਿਫਾਫਾ ਪਾਇਆ ਸੀ, ਉਸ ਹਿਸਾਬ ਨਾਲ ਤਾਂ ਮਰਡਰ ਹੀ ਲੱਗਦਾ ਜੀ ਇਹ, ਕਿਉਂਕਿ ਬਾਡੀ ਨੀਲੀ ਹੋਈ ਹੋਈ ਆ, ਕਹਿੰਦੇ ਸਮੈਲ ਬਹੁਤ ਆ ਰਹੀ ਆ। ਅਤੇ ਜਿਹੜੇ ਦੂਜੇ ਬੰਦੇ ਦੇ ਨਾਲ ਦੇ ਉਹ ਕਹਿੰਦੇ ਪਰਸੋਂ ਦੇਖੀ ਸੀ ਅਸੀਂ ਸ਼ਾਮ ਨੂੰ। ਇਹ ਆਈ ਸਾਨੂੰ ਇਨਫੋਰਮੇਸ਼ਨ ਸਵੇਰੇ ਆਈ ਸੀਗੀ ਜੀ, ਕੰਟਰੋਲ ਰੂਮ 'ਤੇ ਆਈ ਬਲੌਕ ਹੈ ਬੀਆਰਐਸ ਨਗਰ, ਇੱਥੇ ਕਿ ਜਿਹੜੀ ਇੱਕ ਲੇਡੀ ਆ ਜਿਹੜਾ ਇਹ ਰੈਂਟ 'ਤੇ ਰਹਿੰਦੀ ਸੀਗੀ, ਇਹਦੀ ਬਾਡੀ ਮਿਲੀ ਆ। ਉਸ ਤੋਂ ਬਾਅਦ ਮੌਕੇ 'ਤੇ ਆ ਕੇ ਸਾਰਾ ਇਹ ਦੇਖਿਆ। ਇਹ ਜੋ ਹਾਲ ਫਿਲਹਾਲ ਜਿਹੜੀ ਇਹ ਇਨੀਸ਼ੀਅਲ ਇਨਕੁਆਇਰੀ ਇਨਵੈਸਟੀਗੇਸ਼ਨ ਉਹਦੇ 'ਚ ਇਹ ਮਰਡਰ ਲੱਗਦਾ। ਫਿਲਹਾਲ ਅਸੀਂ ਜਿਹੜਾ ਕੇਸ ਰਜਿਸਟਰ ਕਰਕੇ ਉਹ ਤਫਤੀਸ਼ ਅੱਗੇ ਕਰਾਂਗੇ। ਲੇਡੀ ਹੈ ਜਿਹੜੀ ਇਕੱਲੀ ਰਹਿੰਦੀ ਹੈ, ਹਸਬੈਂਡ ਇਹਦਾ ਹੈਦਰਾਬਾਦ ਰਹਿੰਦਾ, ਰੈਂਟ 'ਤੇ ਇੱਥੇ ਰਹਿ ਰਹੀ ਹੈ ਅਕਤੂਬਰ 2019 ਤੋਂ। ਸਰ ਕੀ ਲੱਗਦਾ ਪਹਿਲਾਂ ਜਿਵੇਂ ਕਰੋਨਾ ਦੇ ਵੀ ਥੋੜ੍ਹੀ ਸੰਭਾਵਨਾ ਜਿਤਾਈ ਜਾ ਰਹੀ ਸੀ, ਪੂਰਾ ਇਤਿਆਤ ਵਰਤੇ ਗਏ? ਬਾਡੀ ਮਿਲੀ ਸੀਗੀ ਜੀ, ਤਾਂ ਅੱਜ ਕੱਲ੍ਹ ਜਿਵੇਂ ਤੁਹਾਨੂੰ ਪਤਾ ਕਿ ਕਰੋਨਾ ਦਾ ਚੱਲ ਰਿਹਾ, ਇਸ ਕਰਕੇ ਅਸੀਂ ਬਿਲਕੁਲ ਵੀ ਕੋਈ ਰਿਸਕ ਨਹੀਂ ਲੈ ਕੇ ਲੈਣਾ ਚਾਹੁੰਦੇ ਸੀਗੇ। ਇਸ ਕਰਕੇ ਪਹਿਲਾਂ ਜਿਹੜੀ ਸਿਵਲ ਹੋਸਪਿਟਲ ਤੋਂ ਜਿਹੜੀ ਟੀਮ ਬਣੀ ਹੈ ਕਰੋਨਾ ਵਾਇਰਸ ਨੂੰ ਡੀਲ ਕਰਨ ਲਈ ਸਪੈਸ਼ਲ, ਉਹਨੂੰ ਬੁਲਾਇਆ ਗਿਆ। ਉਹ ਫਿਰ PPE ਕਿੱਟਸ ਨਾਲ ਉਹਨਾਂ ਨੇ ਜਾ ਕੇ ਜਦੋਂ ਚੈੱਕ ਕੀਤਾ ਤਾਂ ਅਸੀਂ ਉਹੀ ਦੇਖਣਾ ਚਾਹੁੰਦੇ ਸੀ ਕਿ ਨੈਚੁਰਲ ਡੈਥ ਹੈ ਕਿ ਅਨਨੈਚੁਰਲ ਹੈ। ਲੇਕਿਨ ਉਹ ਜਦੋਂ ਇਨੀਸ਼ੀਅਲ ਉਹ ਤੋਂ ਜਾ ਕੇ ਪਤਾ ਲੱਗਿਆ ਕਿ ਨੈਚੁਰਲ ਨਹੀਂ ਹੈਗੀ ਹੈ, ਇਹ ਅਨਨੈਚੁਰਲ ਡੈਥ ਹੀ ਹੈ ਅਤੇ ਮਰਡਰ ਵਾਲਾ ਜ਼ਿਆਦਾ ਹੈਗਾ, ਉਸ ਤੋਂ ਬਾਅਦ ਫਿਰ ਅਸੀਂ ਅੱਗੇ ਐਕਸ਼ਨ ਲਿੱਤਾ। ਸਰ ਕਿਸ ਤਰ੍ਹਾਂ ਦੀ ਮਤਲਬ ਕਿ ਬੋਡੀ ਦੀ ਦੇਖਣ ਤੋਂ ਕੀ ਲੱਗਦਾ ਕਿ ਮਤਲਬ ਕਿ ਡੈਥ ਦਾ ਕੋਜ਼ ਕੀ ਲੱਗਦਾ, ਮਤਲਬ ਕਿਸ ਤਰ੍ਹਾਂ ਡੈਥ ਹੋਈ? ਜਿਹੜਾ ਐਗਜੈਕਟ ਰੀਜ਼ਨ ਹੈ ਤਾਂ ਜੀ ਆਫਟਰ ਜਿਹੜਾ ਹੈਗਾ ਪੋਸਟਮਾਰਟਮ ਉਹ ਪਤਾ ਲੱਗੂਗਾ। ਫਿਲਹਾਲ ਜਿਹੜਾ ਇਹ ਲੱਗਦਾ ਹੈ ਕਿ ਜ਼ਿਆਦਾ ਚਾਂਸਿਸ ਜਿਹੜੇ ਕਿ ਮਰਡਰ ਹੈ, ਜਿਹੜਾ ਕਿ ਗਲਾ ਘੋਟ ਕੇ ਜਾਂ ਸਾਹ ਘੋਟ ਕੇ ਡੈਥ ਹੋਈ ਲੱਗਦੀ। ਸਰ ਕੋਈ ਲਿਫਾਫੇ ਵਗੈਰਾ ਵੀ ਮੂੰਹ ਦੇ ਵਿੱਚ? ਮੂੰਹ ਦੇ ਉੱਪਰ
ਉੱਥੋਂ ਫਿਰ ਅੱਗੇ ਪਤਾ ਲੱਗਿਆ। ਸਰ ਡੈਡ ਬੋਡੀ ਕਾਫੀ ਪੁਰਾਣੀ ਲੱਗਦੀ ਸਮੈਲ? ਨਹੀਂ, ਪਰਸੋਂ ਤੋਂ ਪੁਰਾਣੀ ਨਹੀਂ ਹੈ, ਪਰਸੋਂ ਇਹ ਸ਼ਾਮ ਨੂੰ ਇਹ ਜਿਹੜੇ ਮਕਾਨ ਮਾਲਕ ਉਹਨਾਂ ਨੂੰ ਮਿਲੀ ਹੈ ਲੇਡੀ ਸ਼ਾਮ ਨੂੰ, ਤਾਂ ਪਰਸੋਂ ਤੋਂ ਪੁਰਾਣੀ ਨਹੀਂ ਹੈ। ਸਰ ਟੈਸਟ ਵਗੈਰਾ ਕੀਤਾ ਜਾਊਗਾ ਤਾਂ ਹੁਣ ਮਤਲਬ ਕਰੋਨਾ ਦਾ ਕੁਛ? ਨਹੀਂ, ਉਹ ਵੀ ਕਰਾਵਾਂਗੇ, ਬਟ ਹਾਲੇ ਸਾਨੂੰ ਵੈਸੇ ਲੀਸਟ ਪੋਸੀਬਿਲਿਟੀ ਲੱਗਦੀ ਹੈ ਕਿ ਕਰੋਨਾ ਵਾਲਾ ਨਹੀਂ ਹੈਗਾ, ਲੇਕਿਨ ਫਿਰ ਵੀ ਜਿਹੜਾ ਟੈਸਟ ਅਸੀਂ ਉਹ ਕਰਵਾਵਾਂਗੇ। ਸਰ ਕੋਈ CCTV ਵਗੈਰਾ ਕੁਛ? ਉਹ ਹੈਗੇ ਅਸੀਂ ਉਹ ਇਨਵੈਸਟੀਗੇਸ਼ਨ ਉਸ ਕਰ ਰਹੇ ਹਾਂ।